ਦੋਸਤੋ ਕੀ ਹਾਲ ਚਾਲ ਨੇ, ਅਤੇ ਅੱਜ ਤੁਹਾਨੂੰ ਮੋਟੀਵੇਸ਼ਨਲ ਮੂਵੀ ਦੱਸਦੇ ਹਾਂ ਮੁੰਬਈ ਦੀ ਸੱਚੀ ਰੀਅਲ ਸਟੋਰੀ। ਮੁੰਬਈ ਦੀ ਰੀਅਲ ਸਟੋਰੀ ਆ ਕਿ ਇੱਕ ਪੁੱਤ ਆਪਣੀ ਮਾਂ ਨੂੰ ਵਾਅਦਾ ਕਰਦਾ ਆ ਅਤੇ ਉਸ ਵਾਅਦੇ 'ਤੇ ਕਾਇਮ ਰਹਿਣ ਲਈ ਪੂਰੀ ਮੁੰਬਈ ਦੇ ਰਾਜ ਕਰਕੇ ਦਿਖਾਉਂਦਾ ਆ। ਤੁਸੀਂ ਸਹੀ ਸੁਣ ਰਹੇ ਹੋ, ਮੈਂ ਮੂਵੀ ਦੀ ਗੱਲ ਕਰ ਰਿਹਾ ਹਾਂ KGF, ਜਿਹੜੀ ਤਾਮਿਲ ਮੂਵੀ ਆ। KGF ਜਿਹੜੀ 2015 'ਚ ਬਣਾਉਣੀ ਸ਼ੁਰੂ ਕੀਤੀ ਸੀ, 3 ਸਾਲ ਲੱਗੇ ਫਿਲਮ ਬਣਾਉਣ ਨੂੰ ਅਤੇ 2018 ਵਿੱਚ ਕੰਪਲੀਟ ਹੋਈ ਅਤੇ ਜਿਹਨੂੰ 2018 ਦੇ 20 ਦਸੰਬਰ ਨੂੰ ਰਿਲੀਜ਼ ਕੀਤਾ ਗਿਆ ਕਿ ਇੱਕ ਮਾਂ ਕਹਿੰਦੀ ਪੁੱਤ ਇਸ ਦੁਨੀਆ ਦਾ ਤੂੰ ਬਾਦਸ਼ਾਹ ਬਣ ਕੇ ਦਿਖਾਉਣਾ ਆ ਅਤੇ ਉਹ ਬਾਦਸ਼ਾਹ ਬਣ ਕੇ ਦਿਖਾਉਂਦਾ ਆ। ਮੁੰਬਈ ਦੀ ਇੱਕ ਛੋਟੀ ਜੀ ਮੱਛੀ ਵੇਚਣ ਵਾਲੀ ਬਾਜ਼ਾਰ ਦੇ ਵਿੱਚੋਂ ਸ਼ੁਰੂ ਹੁੰਦਾ ਆ ਅਤੇ ਕਿੱਥੇ ਸੋਨੇ ਦੇ ਖਨਾਸਰ ਪੂਰੇ ਵੱਡੇ ਰਾਜੇ ਦਾ ਪੂਰਾ ਮਹਾਰਾਜ ਬਣ ਕੇ ਦਿਖਾਉਂਦਾ। ਇਹ ਮੋਟੀਵੇਸ਼ਨਲ ਮੂਵੀ ਆ, ਐਕਸ਼ਨ ਮੂਵੀ ਆ, ਪਲੱਸ ਰੀਅਲ ਸਟੋਰੀ ਵਾਲੀ ਆ। ਤਾਂ ਵੀਡੀਓ ਦਾ ਤੁਹਾਨੂੰ ਮੈਂ ਲਿੰਕ ਪਾਉਂਦਾ ਥੱਲੇ ਮੂਵੀ ਦਾ, ਗੋਲਡ ਮਾਈਨਸ ਦੇ ਚੈਨਲ 'ਤੇ ਫਿਲਮ ਹੈਗੀ ਆ, ਇਹਨੂੰ ਦੇਖੋ KGF ਨੂੰ। ਅਤੇ ਜੇ ਤੁਹਾਨੂੰ KGF ਪਸੰਦ ਆਏਗੀ ਤਾਂ KGF ਦਾ ਦੂਜਾ ਭਾਗ ਵੀ ਤੁਸੀਂ ਜ਼ਰੂਰ ਦੇਖੋਗੇ। ਅਤੇ ਤੁਹਾਡੀ ਜ਼ਿੰਦਗੀ ਲਈ ਬਹੁਤ ਜ਼ਰੂਰੀ ਫਿਲਮ ਆ KGF। ਇੱਕ ਮਾਂ ਦਾ ਵਾਅਦਾ ਪੂਰਾ ਕਰਨ ਵਾਸਤੇ ਪੁੱਤ ਕੀ ਕੁਛ ਨਹੀਂ ਕਰਦਾ, ਅਤੇ ਇਹੋ ਜਿਹੀ ਜਜ਼ਬਾਤ, ਇਹੋ ਜਿਹੀ ਹਿੰਮਤ, ਇਹੋ ਜਿਹੀ ਫਿਜ਼ੀਕਲ ਐਕਟੀਵਿਟੀ ਸਾਡੇ ਅੰਦਰ ਹੋਣੀ ਚਾਹੀਦੀ ਕਿ ਆਪਣੀ ਜ਼ਿੰਦਗੀ ਵਿੱਚ ਜੇ ਕਰਨਾ ਆ ਤਾਂ ਆਪਣੇ ਹਾਲਾਤਾਂ 'ਤੇ ਕਾਬੂ ਸਾਨੂੰ ਆਪ ਪਾਉਣਾ ਪੈਣਾ ਆ। ਇਸ ਫਿਲਮ ਨੂੰ ਬਣਾਉਣ ਦਾ ਇਹੀ ਮਤਲਬ ਆ। ਧੰਨਵਾਦ।